ਇਹ ਹੈਗਾ ਸਾਡਾ ਪੈਕ ਸਾਈਡ ਜਾਣ ਵਾਲਾ। ਇਹ ਮੱਝਾਂ ਵਾ ਸਾਡੀਆਂ ਸਾਰੀਆਂ। ਇਹ ਪੱਠਿਆਂ ਵਾਲੀ ਮਸ਼ੀਨ ਲਿਆਂਦੀ ਆ ਹੁਣੀ ਨਵੀਂ, ਪੁਰਾਣੀ ਖਰਾਬ ਹੋ ਗਈ ਸੀ। ਇਹ ਸਾਡੀਆਂ ਸ਼ਾਹੀ ਵਾਲ ਗਾਵਾਂ ਵਾ ਤੇ ਇਹ ਸੂਈਆਂ ਹੋਈਆਂ ਵਾ ਇੱਕ ਪਾਸੇ ਜਿਹੜੀਆਂ ਸੂਣ ਵਾਲੀਆਂ ਉਹ ਆ, ਇਹ ਵੀ ਸ਼ਾਹੀ ਵਾਲ ਗਾਵਾਂ ਵਿੱਚ ਜਗ੍ਹਾ ਘੱਟ ਆ। ਇੱਧਰ ਵੀ ਜਿਹੜੀਆਂ ਗਾਵਾਂ ਅਤੇ ਮੱਝਾਂ ਵਾ ਜਿਹੜੀਆਂ ਹਜੇ ਨਵੇਂ ਦੁੱਧ ਨਹੀਂ ਹੋਈਆਂ ਜਾਂ ਸੂਣ ਵਾਲੀਆਂ ਨਹੀਂ ਹੈਗੀਆਂ ਉਹ ਨੇ। ਤੇ ਇਸ ਪਾਸੇ ਖੇਤ ਆ ਸਾਹਮਣੇ ਜਿੱਥੇ ਸਬਜ਼ੀਆਂ ਬੀਜੀਆਂ ਜਾਂਦੀਆਂ। ਹੜ੍ਹ ਸਿਆਲ ਸਾਡੇ ਸਬਜ਼ੀਆਂ ਸਾਰਾ ਦਿਨ, ਸਾਰਾ 24 ਮਹੀਨੇ 12 ਦਿਨ ਆਪਾਂ ਪਾਲਕ ਬੀਜੀ ਹੋਈ ਆ, ਮੂਲੀਆਂ। ਬਾਈ ਨਹਿਰੂ ਆਣੇ ਵਾਲੇ ਘੋੜੀ ਦੇ ਗਏ ਸੀ, ਅਸੀਂ ਕਿਵੇਂ ਨਾ ਕਿਵੇਂ ਸਾਂਭਦੇ ਹਾਂ ਘੋੜੀ ਨੂੰ ਪੂਰਾ। ਹਾਂ ਰੇਸ਼ਮਾ, ਕੀ ਹਾਲ ਨੇ? ਤੇ ਅਸੀਂ ਇਹ ਇੱਧਰ ਬੱਕਰੀਆਂ ਰੱਖੀਆਂ ਹੋਈਆਂ ਮੈਂ ਉਰੇ ਬਹੁਤ ਇੱਧਰ ਇਹ ਬੱਕਰੀਆਂ ਵਾ। ਬੱਕਰੀਆਂ ਵੀ ਤੁਹਾਨੂੰ ਪਤਾ ਮੁੱਦਗੀ ਤੋਂ ਲੈ ਕੇ ਆਏ ਸੀ ਅਸੀਂ। ਤੇ ਕਾਕਾ ਬੋਕਸ ਜਿਹਾ ਉਹ ਨੀ ਜੀ ਜੇ ਆਪਾਂ ਸ਼ੁਰੂ ਚ ਦਵਾਈਆਂ ਪਾਉਂਦੇ ਹੁੰਦੇ ਸੀ, ਮੈਂ ਅੱਗੇ ਵੀ ਸੰਭਾਲਿਆ ਸੀ ਚੁਕਾ ਕੇ ਇਹ ਸ਼ੁਰੂ ਚ ਜਿਹੜਾ ਉੱਥੇ ਬਾਰਨਾੜੇ ਹੁੰਦਾ ਸੀ ਚੁਕਾ ਤਾ ਇਹਨੂੰ। ਤੇ ਪਹਿਲੀ ਅਲਮਾਰੀ ਆਪਣੀ ਜਿਹੜੀ ਸਭ ਤੋਂ ਪਹਿਲੀ ਦਵਾਈ ਰੱਖੀ ਗਈ ਸੀ। ਅੱਛਾ, ਕੀ ਦਿੱਤਾ? ਕੱਟੀ ਦਿੱਤੀ ਝੋਟੀ ਸੂਈ ਆ ਪਹਿਲਾਂ ਨਾ ਲੱਗਦੀ ਆ, ਨੇੜੇ ਲੱਗਣ ਦਿੰਦੀ ਆ, ਸਾਊ ਆ, ਸੀਲ ਆ। ਕਿੱਥੇ ਕੱਟੀ? ਆਹ ਬਾਬੀ ਬਾ ਤਕੜੀ ਆ ਪੂਰੀ। ਰਾਤ ਨਵਾਂ ਜੀ ਆਇਆ ਸਾਡੇ ਘਰੇ ਜੀ, ਤੇ ਆ ਕੱਟੀ ਦਿੱਤੀ ਆ। ਇਹ ਪਹਿਲਣ ਝੋਟੀ ਆ ਜਿਹੜੀ ਸੂਈ ਆ ਪਹਿਲਣ। ਇਹ ਗਾਵਾਂ ਮੱਝਾਂ ਕੱਟੀਆਂ, ਕੱਟੇ ਬੱਛੀਆਂ ਬੱਛੇ, ਇਹ ਸਭ ਉਹਦੀ ਮਿਹਰ ਆ, ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਵਾ। ਸਾਡੀ ਕੋਸ਼ਿਸ਼ ਆ ਵੀ ਸਾਡਾ ਜਿਹੜਾ ਦੁੱਧ ਆ ਘਰ ਦਾ ਹੋ ਜਾਵੇ। ਹੁਣ ਵੀ ਤੁਹਾਨੂੰ ਪਤਾ, ਸੰਗਤ ਨੂੰ ਬੇਨਤੀ ਵੀ ਕਰੀ ਦੀ ਆ, ਦੁੱਧ ਮੁੱਲ ਲੈਣਾ ਪੈਂਦਾ। ਹੁਣ 700 ਮੈਂਬਰ ਪਰਿਵਾਰ ਦੇ ਹੈਗੇ ਆ, ਟੈਂਪਰੇਰੀ ਮਰੀਜ਼ ਪਾ ਕੇ 800 ਦੇ ਕਰੀਬ ਮੈਂਬਰ ਆ। ਦੋ ਤਿੰਨ ਟਾਈਮ ਚਾਹ ਬਣਦੀ ਆ, ਫਿਰ ਦੁੱਧ ਦਹੀਂ ਦੀ ਲੋੜ ਆ, ਫਿਰ ਆਵਾਜਾਈ ਆਉਣ ਜਾਣਾ ਬਹੁਤ ਸਾਰੇ ਲੋਕਾਂ ਦਾ, ਜਿਹਦੇ ਵਿੱਚ
ਕਾਲੀ ਪਈ ਕੋਈ ਨਾ, ਮੈਂ ਕਰਦਾ ਗੱਲ, ਕਰਦਾ ਗੱਲ, ਕਰਦੇ ਗੱਲ, ਕਰਦੇ ਗੱਲ। ਹਾਂਜੀ ਕਰਮਜੀਤ ਭੈਣੇ ਸਤਿ ਸ੍ਰੀ ਅਕਾਲ, ਮਿਲਦੇ ਜੀ। ਤੇ ਇਧਰ ਸਾਡਾ ਦਫ਼ਤਰ ਆ ਜੀ ਸਾਡਾ, ਜਿੱਥੇ ਆ ਕੇ ਸੰਗਤ ਸਾਨੂੰ ਮਿਲਦੀ ਆ। ਪਹਿਲਾਂ ਤਾਂ ਕਰੀਬ 7 ਸਾਲ ਤਾਂ ਕੋਈ ਦਫ਼ਤਰ ਨਹੀਂ ਸੀ ਸਾਡਾ, ਸੰਗਤ ਦੇ ਵਿੱਚ ਬੈਠ ਕੇ ਮਿਲਦੇ ਹੁੰਦੇ ਸੀਗੇ। ਤੇ ਫਿਰ ਹੌਲੀ ਹੌਲੀ ਹੁਣ ਰਿਕਾਰਡ ਬਹੁਤ ਹੋ ਗਿਆ, ਰਿਕਾਰਡ ਨੂੰ ਮੇਨਟੇਨ ਕਰਨਾ, ਸੰਗਤ ਦੇ ਬਹਿਣ ਨੂੰ ਪ੍ਰਬੰਧ ਗਰਮੀਆਂ 'ਚ। ਹੁਣ ਅਸੀਂ ਦਫ਼ਤਰ ਥੋੜਾ ਵੱਡਾ ਕਰ ਰਹੇ ਹਾਂ, ਹੁਣ ਆਹ ਗਾਡਰ ਵੱਲ ਹੀ ਪਾਇਆ ਅਸੀਂ। ਸਤਿ ਸ਼੍ਰੀ ਅਕਾਲ ਭੈਣੇ। ਤੇ ਆਹ ਲਾਲ ਜਿਹੜੀ ਟੈਲ ਉਹ ਹੁੰਦੀ ਆ ਸਲੇਟ ਜੀ, ਕਿਉਂਕਿ ਇਹ ਟੈਂਪਰੇਰੀ ਆ, ਇੰਨਾ ਖਰਚਾ ਅਸੀਂ ਲੈਂਟਰ 'ਤੇ ਨਹੀਂ ਸੀ ਕਰ ਸਕਦੇ। ਅਤੇ ਇਹ ਗਾਡਰਾਂ 'ਤੇ ਬਾਲਿਆਂ 'ਤੇ ਸਾਨੂੰ ਸੰਗਤ ਨੇ ਗਾਡਰ, ਅਸੀਂ ਬੇਨਤੀ ਕੀਤੀ ਸੀ ਵੀ ਸਾਨੂੰ ਗਾਡਰ ਜੇ ਕਿਸੇ ਦੇ ਘਰ ਪਏ ਆ ਤਾਂ ਸਾਨੂੰ ਪੁਰਾਣੇ ਗਾਡਰ ਭੇਜ ਦਿਓ। ਕਿਸੇ ਭੈਣ ਨੇ ਦੋ, ਕਿਸੇ ਵੀਰ ਨੇ ਚਾਰ ਭੇਜਤੇ। ਇਹ ਸਾਰੇ ਸੀਮੈਂਟ ਦੇ ਬਾਲੇ ਪਾਏ ਆ ਅਤੇ ਗਾਡਰ ਜੋੜ ਪਾ ਪਾ ਕੇ ਜਿਵੇਂ ਛੋਟੇ ਵੱਡੇ ਸੀਗੇ ਇੱਦਾਂ ਪਾ ਲਿਆ। ਇੱਧਰ ਹੁਣ ਇੱਥੇ ਮੇਨ ਦਫ਼ਤਰ ਬਣ ਜੂਗਾ ਜਿੱਥੇ ਆ ਕੇ ਸੰਗਤ ਮਿਲਿਆ ਕਰੂਗੀ। ਅਤੇ ਇਹ ਸਟੋਰ ਬਣ ਗਿਆ ਜੀ ਪਿੱਛੇ, ਅਤੇ ਇੱਧਰਲੇ ਪਾਸੇ ਸਾਰਾ ਉਹਦੇ ਨਾਲ ਰਲ ਜੂ ਬਾਥਰੂਮ ਲੈਟਰੀਨ ਬਣ ਗਿਆ ਜੀ ਨਾਲ। ਅਤੇ ਹੁਣ ਜਿਵੇਂ ਜਿਵੇਂ ਦਿਨ ਚੜ੍ਹੀ ਜਾਂਦਾ ਵਾ, 7:45 ਹੋ ਗਿਆ ਅਤੇ ਬੱਚੇ ਸਾਡੇ ਤਿਆਰ ਹੋ ਕੇ ਬਾਹਰ ਆ ਗਏ ਨੇ। ਇੱਕ ਗਏ ਟੈਂਪੂ ਲੈ ਕੇ, ਇੱਕ ਟੈਂਪੂ ਭਰ ਕੇ ਭੇਜਤਾ ਸਕੂਲ ਨੂੰ। ਹੁਣ ਉਹ ਵੀਰਾ ਉਹਨਾਂ ਨੂੰ ਛੱਡ ਕੇ ਆਊਗਾ, ਫਿਰ ਇਹਨਾਂ ਨੂੰ ਬੱਚਿਆਂ ਨੂੰ ਲੈ ਕੇ ਜਾਊਗਾ। ਦੋ ਗੇੜੇ ਲੱਗਦੇ ਕਿ ਤਿੰਨ? ਦੋ ਗੇੜਿਆਂ 'ਚ ਆਟੋ ਅਸੀਂ ਲਿਆ ਸੀਗਾ ਇੱਕ, ਜਿਹਦੇ ਵਿੱਚ ਬੱਚਿਆਂ ਨੂੰ ਸਕੂਲ ਲੈ ਕੇ ਜਾਣਾ, ਛੋਟੇ ਮੋਟੇ ਲੋਕਲ ਕੰਮ ਇੱਥੇ ਨੇੜੇ ਤੇੜੇ ਵਾਲੇ ਹੋਈ ਜਾਂਦੇ ਆ, ਅਤੇ ਆਟੋ ਦੇ ਵਿੱਚ ਬੱਚੇ ਚਲੇ ਜਾਂਦੇ ਆ ਫਿਰ। ਹੋਰ ਪਿੱਛੇ ਪੇਪਰ ਦੀ ਤਿਆਰੀ ਅੱਜ ਤੇਰਾ ਕਿਹੜਾ ਪੇਪਰ? ਪੰਜਾਬੀ ਦਾ ਤਿਆਰੀ ਹੈ? ਪੰਜਾਬੀ ਦੇ ਪੇਪਰ ਦੀ ਤੇਰੀ ਕਾਹਦਾ ਪੇਪਰ? ਪੰਜਾਬੀ ਦਾ ਪੇਪਰ ਹੈ ਤੇਰਾ ਹਰਜਾਬ? ਪੰਜਾਬੀ ਦਾ ਪੇਪਰ ਹੈ, ਤਿਆਰੀ ਹੈ ਤਿਆਰੀ? ਠੀਕ। ਹਾਂ ਵੀ ਤੇਰਾ ਹਿੰਦੀ ਦਾ? ਪੰਜਾਬੀ ਦਾ ਰੰਜਨ ਦਾ ਵੀ। ਅਤੇ ਇਹਨੇ ਇਸ ਵਾਰ ਖੇਡਾਂ ਦੇ ਵਿੱਚ ਖੇਡ ਵਤਨ ਪੰਜਾਬ ਦੀਆਂ 'ਚ ਹਿੱਸਾ ਲਿਆ, ਮੈਡਲ ਜਿੱਤ ਕੇ ਲਿਆ। ਕਿੰਨੇ ਗੋਲਡ ਆ? ਇੱਕ 'ਚ ਗੋਲਡ ਆ, ਇੱਕ ਵੀ ਹਿੱਸਾ ਲਿਆ। ਤੇਰਾ ਕੁਨਾਲ ਫੁੱਟਬਾਲ 'ਚ। ਹੋਰ ਕਿਹਨੇ ਜਿੱਤੇ ਮੈਡਲ ਇੱਥੋਂ? ਬਾਕੀ ਬੱਚੇ ਗਏ, ਉਹਨੇ ਵੱਧ ਮੈਡਲ ਕਿਹਨੇ ਜਿੱਤੇ? 3 ਮੈਡਲ ਉਹਨੇ ਜਿੱਤੇ ਸੀਗੇ ਕੀਮਤੀ ਦੇ। ਕੌਣ ਸੀ ਮੈਨੂੰ ਮਿਲਿਆ ਸੀ ਪਰਸੋਂ? ਦਿਲਪ੍ਰੀਤ ਨੇ, ਉਹਨੇ ਵੀ ਜਿੱਤਿਆ ਹੈ ਨਾ। ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਸਾਡੇ ਬੱਚਿਆਂ ਨੇ ਹਿੱਸਾ ਲੈ ਰਿਹਾ। ਅੱਜ ਤਾਂ ਬੱਚਿਆਂ ਦੇ ਕੋਚ ਵੀ ਹਿੱਸਾ ਲੈ ਰਹੇ ਨੇ। ਅੱਜ ਇਹਨਾਂ ਦੇ ਕੋਚ ਨੇ PS ਬਾਘਾ ਜੀ, ਉਹ ਅੱਜ 50 ਸਾਲਿਆਂ ਦੇ ਵਿੱਚ ਹਿੱਸਾ ਲੈ ਰਹੇ ਨੇ ਵਾਕ ਦੇ ਵਿੱਚ, ਅਤੇ ਉਹ ਪੂਰੀ ਸਪੀਡ ਦੇ ਨਾਲ ਵਾਕ ਕਰਦੇ ਨੇ। ਅਸੀਂ ਵਾਕ ਦੇ ਵਿੱਚ ਉਹਨਾਂ ਨੇ ਅੱਜ ਹਿੱਸਾ ਲੈਣਾ, ਉਹਨਾਂ ਨੂੰ ਵੀ ਆਲ ਦਾ ਬੈਸਟ ਆ, ਬੈਸਟ ਆਫ ਲੱਕ। ਇਹ ਬਾਹਰਲਾ ਪਾਸਾ ਵਾ ਸਾਡੇ ਸੁਪਨਿਆਂ ਦੇ ਘਰ ਦਾ ਜੀ, ਇੱਧਰ ਵੀ ਪੱਠੇ ਬੀਜੇ ਹੋਏ ਸਾਡੇ ਸਾਹਮਣੇ। ਸਤਿ ਸ਼੍ਰੀ ਅਕਾਲ ਭੈਣੇ, ਹੋਰ ਠੀਕ ਆ ਭੈਣ? ਇੱਧਰ ਸਾਡਾ ਦਫ਼ਤਰ ਸੀ ਜਿਹੜਾ ਪਹਿਲਾਂ ਮੇਨ, ਜਦੋਂ ਸੰਗਤ ਆ ਕੇ ਬਾਹਰ ਹੀ ਬਹਿੰਦੀ ਸੀਗੀ,
ਤੇ ਉਦੋਂ ਆਹੀ ਬਰਾਂਡਾ ਸੀ, ਬਸ ਇੱਥੇ ਹੀ ਬਹਿ ਜਾਂਦੇ ਸੀ ਆ ਕੇ, ਅੰਦਰ ਕੋਈ ਦਫ਼ਤਰ ਨਹੀਂ ਸੀਗਾ। ਇਹ ਵੀ ਅਸੀਂ 3 ਕੁ ਸਾਲ ਪਹਿਲਾਂ ਹੀ ਬਣਾਇਆ ਸੀ, ਉਦੋਂ ਪਹਿਲਾਂ 4 ਸਾਲ ਤਾਂ ਏਦਾਂ ਹੀ ਚੱਲਿਆ ਕੰਮ। ਇਹ ਹੁਣ ਬਰਾਂਡੇ ਦੇ ਵਿੱਚ ਇੱਥੇ ਬੈਠਦੇ ਨੇ, ਇੱਥੇ ਸਾਡੇ ਸਟਾਫ ਦੀ ਲੋੜ ਆ। ਸਾਨੂੰ ਕੋਈ ਵੀਰ ਦੇ ਕੇ ਗਏ ਸੀ ਪੁਰਾਣੇ, ਕਿਸੇ ਦੇ ਕੋਲੇ ਪਏ ਸੀਗੇ ਘਰੇ, ਕਿਸੇ ਨੇ ਆਈਲੈਟ ਸੈਂਟਰ ਬੰਦ ਕੀਤਾ ਸੀਗਾ ਤੇ ਆਈਲੈਟ ਸੈਂਟਰ ਦਾ ਸਮਾਨ ਉਹ ਸਾਨੂੰ ਦੇ ਗਏ ਸੀ ਵੀਰੇ ਹੁਣੀ, ਭੈਣ ਹੁਣੀ, ਤੇ ਉਹਦੇ ਹੁਣ ਅਸੀਂ ਇੱਥੇ 3 ਕੈਬਨ ਬਣਾ ਰਹੇ ਹਾਂ। ਇਹ ਹੈਗੇ ਕੌਂਸਲਿੰਗ ਕੈਬਨ, ਜਿਹਦੇ ਵਿੱਚ ਕੌਂਸਲਿੰਗ ਹੋਇਆ ਕਰੂ। ਹੁਣ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਆ ਜੀ, ਉਹਨਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਕੌਂਸਲਿੰਗ ਦੀ, ਉਹਨਾਂ ਦੇ ਪਰਿਵਾਰ ਨੂੰ ਹੁੰਦੀ ਹੈ ਖਾਸ ਕਰਕੇ, ਮਰੀਜ਼ ਨਾਲੋਂ ਜ਼ਿਆਦਾ ਉਹਦੇ ਮਾਂ ਬਾਪ ਨੂੰ ਕੌਂਸਲਿੰਗ ਦੀ ਲੋੜ ਹੁੰਦੀ ਹੈ ਵੀ ਉਹਨੂੰ ਸੰਭਾਲਣਾ ਕਿੱਦਾਂ ਵਾ। ਤਾਂ ਉਹਦੀ ਬਾਬਤ ਫਿਰ ਇਹ ਅਸੀਂ ਕੌਂਸਲਿੰਗ ਦੇ ਕੈਬਨ ਬਣਾ ਰਹੇ ਹਾਂ। ਇੱਧਰ ਸਾਡੇ ਡਾਕਟਰਾਂ ਦੇ ਕੈਬਨ ਨੇ, ਜਿਹੜੇ ਕੈਂਪ ਦੇ ਵਿੱਚ ਡਾਕਟਰ ਆਉਂਦੇ ਨੇ। ਇੱਧਰ ਤੁਸੀਂ ਦੇਖੋਗੇ ਕਿ ਸਾਡੇ ਡਾਕਟਰ 5 ਨੰਬਰ ਕੈਬਨ ਆ ਜਿਹੜਾ, ਇੱਕ ਸਾਡੇ ਇੱਥੇ ਕੁੱਤੇ ਬਹੁਤ ਹੋ ਗਏ ਜੀ ਸਾਡੇ ਕੋਲ ਨਾ। ਸੰਗਤ ਜਿਵੇਂ ਭੈਣਾਂ ਜਾਂ ਕੋਈ ਵੀਰ ਨੂੰ ਕੁੱਤਾ ਮਿਲ ਜਾਂਦਾ ਸੜਕ ਤੋਂ, ਕੋਈ ਲਵਾਰਸ ਜਾਂ ਕੋਈ ਜ਼ਖਮੀ, ਉਹ ਸਾਡੇ ਕੋਲ ਇੱਥੇ ਨੇੜੇ ਛੱਡ ਜਾਂਦੇ ਆ। ਚਲੋ ਅਸੀਂ ਉਹਨਾਂ ਨੂੰ ਥੋੜ੍ਹੇ ਦਿਨ ਕੇਅਰ ਕਰਦੇ ਹਾਂ, ਪੱਟੀ ਪੁੱਟੀ ਕਰਦੇ, ਪ੍ਰਸ਼ਾਦਾ ਪਾਣੀ, ਅਤੇ ਉਹ ਠੀਕ ਹੋ ਜਾਂਦੇ ਆ ਕੁੱਤੇ। ਹੁਣ ਕੁੱਤੇ ਸਾਡੇ ਕੋਲ ਆਲੇ ਦੁਆਲੇ ਕਰੀਬ 100 ਦੇ ਨੇੜੇ ਕੁੱਤਾ ਹੋ ਗਿਆ। ਫਿਰ ਉਹ ਝੁੰਡ ਦੇ ਵਿੱਚ ਜਦੋਂ ਕੋਈ ਕੁੱਤਾ ਨਵਾਂ ਆਉਂਦਾ ਫਿਰ ਉਹਨੂੰ ਸਾਰੇ ਪੈਂਦੇ ਆ ਸਾਡੇ। ਜਿਵੇਂ ਇੱਥੇ ਕੋਈ ਡਾਈਪਰਾਂ ਵਾਲਾ ਲਿਫਾਫਾ ਬਾਹਰ ਪਿਆ ਰਹਿ ਗਿਆ ਜਾਂ ਡਾਈ, ਬੜੀ ਦਿੱਕਤ ਆਉਂਦੀ ਹੈ ਕੁੱਤਿਆਂ ਤੋਂ। ਅਤੇ ਜਿਹੜੇ ਡੋਗ ਲਵਰ ਨੇ, ਭੈਣ ਭਰਾ ਕੋਈ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਸ਼ਿਵਰ ਚੱਲਦੇ ਨੇ, ਅਤੇ ਜੇ ਕੋਈ ਭਰਾ ਭੈਣ ਸਾਡੀ ਕੋਈ ਮਦਦ ਕਰ ਸਕਦਾ। ਹੁਣ ਅਸੀਂ ਅੱਜ ਉਹ ਜਿਹੜਾ ਕਾਨਾ ਕੁੱਤਾ ਸੀਗਾ ਜਿਹਨੂੰ ਅਸੀਂ ਹਿਮਾਚਲ ਤੋਂ ਲੈ ਕੇ ਆਏ ਹਾਂ ਭੈਣ ਨੂੰ, ਅਤੇ ਉਹਦੇ ਕੁੱਤੇ ਨੂੰ ਵੀ ਉੱਥੋਂ ਰੈਸਕਿਊ ਕਰਾਉਣਾ। ਸਾਨੂੰ ਬਹੁਤ ਸਾਰੇ ਭੈਣਾਂ ਦੇ ਵੀਰਾਂ ਦੇ ਫੋਨ ਆ ਰਹੇ ਡੋਗ ਲਵਰ ਦੇ ਵੀ ਉਹ ਤੁਸੀਂ ਉੱਥੇ ਕਾਹਤੋਂ ਛੱਡਿਆ ਆਉਂਦਾ। ਪਰ ਅਸੀਂ ਕੋਸ਼ਿਸ਼ ਕੀਤੀ ਸੀ ਉਹਨੂੰ ਵੀ ਫੜਨ ਦੀ, ਪਹਾੜੀ ਏਰੀਆ ਸੀ ਜੀ, ਅਸੀਂ ਗੱਡੀ ਲੈ ਕੇ ਜਾਂਦੇ ਸੀ ਉਹਨੂੰ ਨੇੜੇ ਜਾਂਦੇ ਸੀ, ਘੇਰਦੇ ਸੀ, ਉਹ ਥੱਲੇ ਦੀ ਉੱਤਰ ਜਾਂਦਾ ਸੀਗਾ ਅਤੇ ਜਾਂ ਤਾਂ ਦੀ ਚੜ੍ਹ ਜਾਂਦਾ ਸੀ, ਅਤੇ ਸਾਤੋਂ ਕਾਬੂ ਨਹੀਂ ਸੀ ਆਉਂਦਾ ਸੀ। ਬਹੁਤ ਦੂਰ ਤੱਕ ਉਹਨੂੰ ਲੈ ਕੇ ਆਏ ਵੀ ਕਿਸੇ ਤਰੀਕੇ ਉਹਨੂੰ ਫੜ ਲਈਏ, ਪਰ ਉਹ ਸਾਡੇ ਕਾਬੂ 'ਚ ਨਹੀਂ ਆਇਆ ਅਤੇ ਫਿਰ ਉਹ ਉੱਥੇ ਹੀ ਰਹਿ ਗਿਆ। ਅਤੇ ਅੱਜ ਕੋਸ਼ਿਸ਼ ਹੈ, ਸਾਡੇ ਨਾਲ ਗੱਲ ਹੋਈ ਸੀ ਕੱਲ੍ਹ ਰੱਬ ਦੇ ਜੀ ਕੋਈ ਸੰਸਥਾ ਵਾ, ਭੈਣ ਉਹਨਾਂ ਨੇ ਗੱਲ ਕੀਤੀ ਸਾਡੇ ਨਾਲ, ਅਸੀਂ ਉਹਨਾਂ ਨੂੰ ਨੰਬਰ ਦਿੱਤਾ ਉਹਨਾਂ ਦਾ, ਅਤੇ ਉਹ ਕਹਿੰਦੇ ਸੀ ਅਸੀਂ ਲਿਆਵਾਂਗੇ ਰੈਸਕਿਊ ਕਰਕੇ। ਚਲੋ ਗੱਲ ਕਰਦੇ ਸੀ, ਇੱਥੇ 5 ਨੰਬਰ ਜਿਵੇਂ ਕੈਬਨ ਆ, ਡਾਕਟਰ ਜਸਵਿੰਦਰ ਦਾ ਵਾ ਅਤੇ ਡਾਕਟਰ ਮਮਤਾ ਸਿੰਗਲਾ ਦਾ ਵਾ 4 ਨੰਬਰ ਕੈਬਨ, ਅਤੇ 3 ਨੰਬਰ ਕੈਬਨ ਆ ਜਿਵੇਂ ਡਾਕਟਰ ਅਭਿਸ਼ੇਕ ਜੀ ਆ ਉਹਨਾਂ ਦਾ ਵਾ ਗੁਰੂ ਤੇਗ ਬਹਾਦਰ ਹੋਸਪਿਟਲ ਤੋਂ, ਅਤੇ ਡਾਕਟਰ ਰਘੂਨਾਥ ਤੋਂ ਨੇ ਡਾਕਟਰ ਜਸਪ੍ਰੀਤ ਸਿੰਘ, ਅਤੇ ਫਿਰ ਡਾਕਟਰ ਰਾਘਵ ਅਰੋੜਾ ਜੀ ਨੇ ਦੀਪਕ ਹਸਪਤਾਲ ਲੁਧਿਆਣਾ ਤੋਂ। ਇਹ 5 ਡਾਕਟਰ ਨੇ ਜਿਹੜੇ ਕੈਂਪ ਦੇ ਵਿੱਚ ਆ ਕੇ ਰੱਬ ਰੂਪੀ ਡਾਕਟਰ ਲਿਆਓ, ਇੱਥੇ ਆਪਾਂ ਇੱਕ ਵਾਰੀ ਗੱਡੀ ਜੀ ਮਿਲ ਲੈਂਦੇ ਹਾਂ, ਇੱਥੇ ਮੰਗਾ ਲਾ ਗੱਡੀ, ਇੱਥੇ ਟੋਕਨ ਵਗੈਰਾ ਕੱਟੇ ਜਾਂਦੇ ਨੇ ਸਾਰੇ। ਹਰ 15 ਦਿਨਾਂ ਬਾਅਦ ਇਹ ਕੈਂਪ ਹੁੰਦਾ ਵਾ, ਅਤੇ ਹਰ 15 ਦਿਨਾਂ ਬਾਅਦ ਕੈਂਪ ਦੇ ਵਿੱਚ 3000 ਪੇਸ਼ੈਂਟ ਆਉਂਦਾ। ਇਸ ਵਾਰ ਤਾਂ 3000 ਤੋਂ ਵੀ ਪਲੱਸ ਹੋ ਗਿਆ ਸੀ, 3051 ਪੇਸ਼ੈਂਟ ਸੀਗੇ, ਅਤੇ ਮਹੀਨੇ ਦੇ ਵਿੱਚ 6000 ਮਰੀਜ਼ ਇਹ ਹੋ ਗਿਆ, 100-200 ਮਰੀਜ਼ ਉੱਦਾਂ ਆ ਜਾਂਦਾ ਸਿੱਧਾ, ਮੰਨ ਲਓ 6500-6800 ਪੇਸ਼ੈਂਟ ਨੂੰ ਹਰ ਮਹੀਨੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਜਿਹੜਾ ਲੰਗਰ ਰੂਪੀ ਪ੍ਰਸ਼ਾਦ ਦਿੱਤਾ ਜਾਂਦਾ।
ਤੇ ਇਹ ਦਵਾਈਆਂ ਸੰਗਤ ਹੀ ਦੇ ਕੇ ਜਾਂਦੀ ਹੈ ਸਾਨੂੰ। ਹਾਂ ਕਿਵੇਂ ਆ, ਠੀਕ ਆ। ਤੇ ਇੱਥੇ ਸਾਰੇ ਲੱਛਣ ਲਿਖੇ ਹੋਏ ਆ, ਦਿਮਾਗੀ ਬਿਮਾਰੀਆਂ ਦੀਆਂ ਕਿਸਮਾਂ, ਡਿਪਰੈਸ਼ਨ, ਮਨ ਉਦਾਸ ਰਹਿਣਾ, ਰੋਣਾ ਆਉਣਾ, ਨੀਂਦ ਨਾ ਆਉਣਾ, ਜ਼ਿਆਦਾ ਨੀਂਦ ਆਉਣਾ, ਸਰੀਰ 'ਚ ਤਾਕਤ ਦਾ ਨਾ ਮਹਿਸੂਸ ਹੋਣਾ, ਕਿਸੇ ਚੀਜ਼ ਦਾ ਮਨ ਨਾ ਲੱਗਣਾ, ਭੁੱਖ ਨਾ ਲੱਗਣਾ, ਥਕਾਵਟ ਰਹਿਣੀ, ਮਰਨ ਦੇ ਖਿਆਲ ਆਉਣੇ, ਮਰਨ ਦੀ ਕੋਸ਼ਿਸ਼ ਕਰਨੀ, ਬੀਤੀਆਂ ਗੱਲਾਂ 'ਤੇ ਪਛਤਾਵਾ ਮਹਿਸੂਸ ਕਰਨਾ, ਕੋਈ ਚੀਜ਼ ਚੰਗੀ ਨਾ ਲੱਗਣੀ, ਜ਼ਿੰਦਗੀ ਜਿਉਣ ਦੀ ਘਾਟ ਮਹਿਸੂਸ ਹੋਣੀ, ਪਰਿਵਾਰ 'ਚ ਦਿਲਚਸਪੀ ਘੱਟ ਜਾਣੀ, ਬੇਚੈਨੀ ਵੱਧ ਜਾਣੀ। ਸਤਿ ਸ਼੍ਰੀ ਅਕਾਲ। ਇਹ ਆਟੋ ਆ ਸਾਡਾ ਜਿਹਦੇ 'ਚ ਬੱਚਿਆਂ ਨੂੰ ਛੱਡ ਕੇ ਆਉਂਦੇ ਆ। ਇਹ ਸਾਰੀਆਂ ਸਕਿਜ਼ੋਫਰੇਨੀਆ, ਮੇਨੀਆ, ਐਂਜਾਇਟੀ, ਮਿਰਗੀ ਦਾ ਦੌਰਾ, ਐਪੋਲੈਪਸੀ, ਸਕਿਜ਼ੋਫਰੇਨੀਆ, ਪਾਗਲਪਨ, OCD, ਵਹਿਮ, ਮੰਦ ਬੁੱਧੀ, ਦਿਮਾਗ ਦਾ ਘੱਟ ਹੋਣਾ, ਇਹ ਸਾਰਾ ਡਾਕਟਰ ਮਮਤਾ ਸਿੰਗਲਾ ਜੀ ਨੇ ਸਾਨੂੰ ਗਾਈਡ ਕੀਤਾ ਅਤੇ ਅਸੀਂ ਸਾਰੇ ਲੱਛਣ ਲਿਖੇ ਆ ਇੱਥੇ ਉਹਨਾਂ ਦੇ। ਇੱਥੇ ਕੈਂਪ ਦੇ ਵਿੱਚ ਜਿਹੜੇ ਪੇਸ਼ੈਂਟ ਆਉਂਦੇ ਨੇ ਉਹਨਾਂ ਦਾ ਬੈਠਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਸ਼ੈੱਡ ਦੇ ਵਿੱਚ, ਹੈ ਨਾ। ਤੁਸੀਂ ਦੇਖਦੇ ਹੋ ਅੱਗੇ ਵੀ ਇਸ ਪਾਸੇ ਬਾਥਰੂਮ ਅਤੇ ਟੋਇਲਟਾਂ ਬਣੀਆਂ ਹੋਈਆਂ ਬੀਬੀਆਂ ਦੀਆਂ ਅਤੇ ਬਾਪੂਆਂ ਦੀਆਂ, ਭਾਈਆਂ ਦੀਆਂ, ਜਿਹੜੇ ਕੈਂਪ 'ਚ ਆਉਂਦੇ ਨੇ। ਇੱਥੇ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਵਾ, ਗੁਰੂ ਕੇ ਲੰਗਰ ਇੱਥੇ ਤਿਆਰ ਕੀਤੇ ਜਾਂਦੇ ਨੇ। ਅਤੇ ਜਦੋਂ ਕੈਂਪ ਦੇ ਵਿੱਚ 3000 ਮਰੀਜ਼ ਆਉਂਦਾ ਵਾ ਨਾ, ਤਾਂ ਹਰੇਕ ਮਰੀਜ਼ ਦੇ ਨਾਲ 2 ਜਾਂ 3, ਕਈਆਂ ਨਾਲ ਤਾਂ 4-4, 5-5 ਬੰਦੇ ਵੀ ਆਉਂਦੇ ਆ। ਹੁਣ ਪਿੰਡ ਦਾ ਬੰਦਾ ਕੋਈ ਬੰਨਿਆ ਹੋਇਆ ਸੀ ਅੰਦਰੋਂ ਲੈ ਕੇ ਆਉਂਦਾ, ਪੰਚਾਇਤ ਆਈ ਨਾਲ, 5-6 ਜਾਣੇ ਉਹਦੇ ਨਾਲ ਆਏ, ਨਾਲ ਮਾਂ ਬਾਪ ਆਏ, ਗੱਡੀ ਭਰ ਕੇ ਲੈ ਕੇ ਆਏ। ਤਾਂ ਮਤਲਬ ਸਾਡੇ ਕੋਲ ਕਰੀਬ 8 ਤੋਂ 9 ਹਜ਼ਾਰ ਬੰਦਾ, 10 ਹਜ਼ਾਰ ਬੰਦਾ ਵੀ ਕਈ ਵਾਰੀ ਕੈਂਪ ਦੇ ਵਿੱਚ ਸਾਡੇ ਕੋਲ ਇੱਥੇ ਵਿਜਿਟ ਕਰਦਾ ਆਉਂਦਾ। ਹੁਣ ਉਹ 9-10 ਹਜ਼ਾਰ ਬੰਦਾ ਹਰ 15 ਦਿਨਾਂ ਬਾਅਦ ਆਉਣਾ, ਉਹਨਾਂ ਦੇ ਵਿੱਚੋਂ ਕਰੀਬ 3-1 ਹਜ਼ਾਰ ਬੰਦਾ, 2.5-3 ਹਜ਼ਾਰ ਬੰਦਾ ਇੱਕ ਦਿਨ ਪਹਿਲਾਂ ਆ ਜਾਂਦਾ, ਅਤੇ ਇੰਨੇ ਕੁ ਬੰਦੇ ਦੂਸਰੇ ਦਿਨ ਰਹਿ ਵੀ ਜਾਂਦੇ। ਜਿਹੜੇ ਦੂਰੋਂ ਆਏ ਹੁੰਦੇ ਆ ਉਹ ਇੱਕ ਦਿਨ ਹੋਰ ਰੁਕ ਜਾਂਦੇ ਸਾਡੇ ਕੋਲ, ਰਾਤ ਨੂੰ ਲੇਟ ਹੋ ਜਾਂਦੇ ਜਾਣ ਤੋਂ। ਤਾਂ ਇਸ ਤਰ੍ਹਾਂ ਉਹਨਾਂ ਦੇ ਰਹਿਣ ਦਾ ਵੀ ਇੰਤਜ਼ਾਮ, ਪ੍ਰਸ਼ਾਦੇ ਪਾਣੀ ਦਾ ਵੀ। ਕਿਵੇਂ ਪੁੱਤਰਾ, ਇਹ ਮੁੰਡਾ ਸਾਡਾ ਸੇਵਾਦਾਰ ਆ ਛੋਟਾ, ਇਹ ਸਾਡਾ ਕਿਰਨਜੀਤ ਸਿੰਘ ਆ ਸੇਵਾਦਾਰ, ਉਹਦਾ ਬੇਟਾ ਵਾ, ਫ੍ਰੀ ਸੀਗਾ, ਹੁਣ ਪੇਪਰ ਦਿੱਤੇ ਹੋਏ ਸੀਗੇ, ਇਹ ਕਹਿੰਦਾ ਮੈਂ 19 ਦਿਨ ਸੇਵਾ ਕਰਾਉਣੀ ਹੈ ਇੱਥੇ ਰਹਿ ਕੇ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਨੇ ਬੱਗਾ ਸਿੰਘ ਜੀ। ਇਹ ਹੁਣ ਜਿਹੜੇ ਅੰਦਰ ਬੈਠੇ ਨੇ ਸਾਡੇ ਮੈਂਬਰ, ਇਹ ਅੱਖਾਂ ਦੇ ਆਪਰੇਸ਼ਨ ਹੋਣ ਜਾ ਰਹੇ ਨੇ ਅੱਜ ਇਹਨਾਂ ਦੇ। ਇਹ ਸਾਡੇ ਡਾਕਟਰ DMC ਤੋਂ ਨੇ, ਡਾਕਟਰ ਗੁਰਵਿੰਦਰ ਕੌਰ, ਅੱਖਾਂ ਦੇ ਸਪੈਸ਼ਲਿਸਟ ਨੇ। ਉਹਨਾਂ ਨੇ ਇੱਥੇ ਕੈਂਪ ਲਾ ਕੇ ਚੈੱਕਅਪ ਕੀਤਾ ਸੀ ਇਹਨਾਂ ਸਾਡੇ ਬਾਪੂ ਬਜ਼ੁਰਗਾਂ ਦਾ। ਪਿਛਲੇ ਹਫ਼ਤੇ ਅਸੀਂ ਬੀਬੀਆਂ ਦੇ ਆਪਰੇਸ਼ਨ ਕਰਾਏ ਆ, ਭੈਣਾਂ ਦੇ, 6 ਜਾਣੀਆਂ ਦੇ, ਮਾਵਾਂ ਦੇ, ਗੀਤਿਕਾ ਦੇ, ਜਸਪਾਲ ਕੌਰ ਮਾਤਾ ਦੇ, ਅਤੇ ਹੁਣ 12 ਮੈਂਬਰ ਆ ਜਿਹੜੇ ਇਹ ਸਾਡੇ ਬਾਪੂ ਬਜ਼ੁਰਗ, ਅਸੀਂ ਇਹਨਾਂ ਦੇ ਆਪਰੇਸ਼ਨ ਕਰਾ ਰਹੇ ਹਾਂ ਅੱਖਾਂ ਦੇ। ਜਿਹੜੇ ਆਪਰੇਸ਼ਨ ਆ ਇਹ ਮਹਾਰਾਜ ਕਿਰਪਾ ਕਰਨ, ਤੰਦਰੁਸਤੀ ਨਾਲ ਹੋਣ, ਸਾਰੇ ਆਪਰੇਸ਼ਨ ਵਧੀਆ ਤਰੀਕੇ ਨਾਲ ਹੋ ਜਾਣ, ਅਤੇ ਉਸ ਤੋਂ ਬਾਅਦ ਇਹਨਾਂ ਸਾਰੇ, ਕਿੰਨੇ ਮੈਂਬਰ, 11 ਜਾਣੇ ਨੇ, ਅਤੇ 11 ਮੈਂਬਰ ਨੇ, ਉਹਨਾਂ ਦੇ ਸਾਰਿਆਂ ਦੇ ਟੈਸਟ ਹੋ ਚੁੱਕੇ ਨੇ, ਸੈਂਪਲ ਹੋ ਗਏ ਨੇ, ਅਤੇ ਬਿਲਕੁਲ 9/9 ਨੇ, ਸ਼ੂਗਰ ਵਗੈਰਾ ਮੈਂਟੇਨ ਆ ਸਾਰੀ, ਅਤੇ ਹੁਣ ਇਹ ਹੋਸਪਿਟਲ DMC ਚੱਲੇ ਨੇ। ਅਤੇ ਇੱਕ ਪੇਸ਼ੈਂਟ ਦਾ ਕਰੀਬ 2500 ਰੁਪਇਆ ਹੋਸਪਿਟਲ ਸਾਡੇ ਤੋਂ ਚਾਰਜ ਕਰਦਾ ਵਾ,
ਉਹ ਆਪੇ ਹੀ ਭੈਣ ਭਰਾ ਜਿਹੜੇ ਕੋਈ ਨਾ ਕੋਈ ਜਮ੍ਹਾਂ ਕਰਾ ਦਿੰਦਾ ਉੱਥੇ, ਜਿਵੇਂ ਕਿਸੇ ਨੇ 5 ਮਰੀਜ਼ਾਂ ਦਾ ਆਪਰੇਸ਼ਨਾਂ ਦਾ ਲੈ ਲਿਆ, ਕਿਸੇ ਨੇ 10 ਦਾ ਲੈ ਲਿਆ, ਕਿਸੇ ਨੇ 2 ਦਾ ਲੈ ਲਿਆ, ਕਿਸੇ ਨੇ 4 ਦਾ ਲੈ ਲਿਆ, ਇੱਦਾਂ ਅੱਖਾਂ ਦੇ ਆਪਰੇਸ਼ਨ ਆ ਜਿਹੜੇ ਉਹ ਹੋ ਜਾਂਦੇ ਨੇ। ਅਤੇ ਬਸ ਇਹ ਸੀਗਾ ਸੁਪਨਿਆਂ ਦੇ ਘਰ ਦਾ ਇੱਕ ਛੋਟਾ ਜਿਹਾ ਤੁਹਾਡੇ ਨਾਲ ਅੱਜ ਸਾਡੀ ਮੋਰਨਿੰਗ ਦੀ, ਸਵੇਰ ਦੀ, ਦਿਨ ਚਰਿਆ ਦਾ ਤੁਹਾਡੇ ਨਾਲ ਸਾਥ ਪਾਇਆ ਸੀਗਾ। ਅਸੀਂ ਮੰਨ ਲਓ 6:30 ਵਜੇ ਸ਼ੁਰੂ ਹੋਏ ਸੀਗੇ ਅਤੇ ਹੁਣ 8 ਵੱਜ ਗਏ ਆ ਜੀ, ਅਤੇ ਕਰੀਬ 1.5 ਘੰਟੇ ਦੇ ਵਿੱਚ ਤੁਹਾਨੂੰ ਜੋ ਵੀ ਤੁਹਾਡੇ ਨਾਲ ਗੱਲਾਂ ਕੀਤੀਆਂ, ਸਾਂਝ ਪਾਈ ਆ, ਬਸ ਉਹਦੀ ਕਿਰਪਾ ਨਾਲ ਹੀ, ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੀ ਇੱਧਰ ਦੀ ਆ ਰਿਹਾ ਕਾਕਾ ਸੱਚ। ਇੱਕ ਹੋਰ ਚੀਜ਼ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਰਹਿ ਗਈ ਆ, ਇਹ ਬਿਲਡਿੰਗ ਆ ਜਿਹੜੀ, ਇਹ ਸਕੂਲ ਆ ਸਾਡੇ ਸਪੈਸ਼ਲ ਚਾਈਲਡ ਦਾ। ਕਮਰਾ ਖੁੱਲਿਆ ਉਧਰ ਲਿਫਟ? ਸਤਿ ਸ੍ਰੀ ਅਕਾਲ ਮਾਂ। ਹੋਰ ਮਾਂ ਠੀਕ ਹੋ? ਠੀਕ ਅੱਗੇ ਨਾਲੋਂ? ਕੋਈ ਨਾ ਮਾਂ, ਕਰ ਲੈਂਦੇ ਹਾਂ ਗੱਲ ਡਾਕਟਰ ਨਾਲ, ਡਾਕਟਰ ਨਾਲ ਕਰ ਲੈਂਦੇ ਗੱਲ। ਇਹ ਵੀ ਸਾਡੀ ਇੱਕ ਸੁਪਨਿਆਂ ਦੇ ਘਰ ਦੀ ਸੋਚ, ਇੱਕ ਸੁਪਨਾ ਵਾ ਵੀ ਜਿਹੜੇ ਡਿਸੇਬਲ ਬੱਚੇ ਨੇ ਉਹਨਾਂ ਦਾ ਅਸੀਂ ਇੱਕ ਸਕੂਲ ਬਣਾਇਆ ਸੀ ਛੋਟਾ ਜਿਹਾ। ਇਹ ਛੋਟਾ ਜਿਹਾ ਸਕੂਲ ਆ ਜਿਹਦੇ ਵਿੱਚ ਇਹ ਸਾਹਮਣੇ ਆਪਾਂ ਦੇਖੀਏ ਤਾਂ ਇਹ ਪਾਰਕ ਆ ਸਕੂਲ ਦੀ, ਇਹ ਸਟੇਜ ਆ ਅਤੇ ਇਹ ਸਾਹਮਣੇ ਸਕੂਲ ਆ। ਇਹ ਕਰੋਨਾ ਦੇ ਵਿੱਚ ਅਸੀਂ ਉਦੋਂ ਤਿਆਰ ਕੀਤਾ ਸੀਗਾ। ਜਿਹੜੇ ਬਹੁਤ ਸਾਰੇ ਘਰਾਂ ਦੇ ਵਿੱਚ ਨਾ ਮੰਦ ਬੁੱਧੀ ਡਿਸੇਬਲ ਬੱਚੇ ਪੈਦਾ ਹੋ ਜਾਂਦੇ, ਸੁੱਖੂ ਵਰਗੇ, ਵਿੱਕੀ ਵਰਗੇ, ਤਾਂ ਘਰ ਦੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਇੱਕ ਮੰਜੇ ਤੇ ਪਾ ਦਿੰਦੇ ਆ, ਬਸ ਉਹਨਾਂ ਨੂੰ ਰੋਟੀ ਦੇਈ ਜਾਂਦੇ, ਚਾਹ ਦੇਈ ਜਾਂਦੇ, ਮਰਨ ਲਈ ਛੱਡ ਦਿੰਦੇ ਆ, ਨਾ ਉਹਨਾਂ ਦੇ ਕੇਅਰ ਕਰਦੇ ਆ ਪ੍ਰੋਪਰ, ਨਾ ਉਹਨਾਂ ਨੂੰ ਘਰ ਦਾ ਮੇਨ ਮੈਂਬਰਾਂ ਦੇ ਵਿੱਚ ਸ਼ਾਮਿਲ ਕਰਦੇ ਨੇ ਜ਼ਿਆਦਾਤਰ। ਬਹੁਤ ਸਾਰੇ ਇੱਦਾਂ ਦੇ ਵੀ ਆ ਜਿਹੜੇ ਆਪਣੇ ਬੱਚਿਆਂ ਨੂੰ ਰੱਬ ਵਾਂਗੂ ਸਾਂਭਦੇ ਆ, ਪਰ ਜ਼ਿਆਦਾਤਰ ਘਰਾਂ 'ਚ ਇਹ ਹੁੰਦਾ। ਸਾਡੇ ਕੋਲ ਇੱਥੇ ਕੈਂਪ ਦੇ ਵਿੱਚ ਆਉਂਦੇ ਨੇ ਬੱਚੇ ਤੇ ਦੇਖ ਕੇ ਬੜਾ ਦੁੱਖ ਲੱਗਦਾ, ਹੱਡੀਆਂ ਦੇ ਪਿੰਜਰ ਬਣੇ ਪਏ ਹੁੰਦੇ ਨੇ, ਬੈੱਡ ਦੀਆਂ ਪਿੱਛੇ ਰਗੜਾਂ ਲੱਗ ਲੱਗ ਕੇ ਮੰਜੇ ਦੇ ਬੈੱਡ ਸੋਰ ਹੋਏ ਪਏ ਹੁੰਦੇ ਨੇ। ਤੇ ਫਿਰ ਅਸੀਂ ਸੋਚਿਆ ਸੀਗਾ ਵੀ ਇਹਨਾਂ ਬੱਚਿਆਂ ਨੂੰ ਆਪਾਂ ਇੱਥੇ ਸੁਪਨਿਆਂ ਦੇ ਘਰ 'ਚ ਇੱਕ ਸਕੂਲ ਬਣਾਈਏ, ਸਪੈਸ਼ਲ ਟੀਚਰ ਰੱਖੀਏ, ਉੱਥੇ ਉਹਨਾਂ ਨੂੰ ਬੱਚਿਆਂ ਨੂੰ ਭਰਤੀ ਕਰਿਆ ਕਰੀਏ, ਉਹਨਾਂ ਦੀ ਟ੍ਰੇਨਿੰਗ ਕਰਾਇਆ ਕਰੀਏ, ਮਾਂ ਬਾਪ ਦੀ ਵੀ, ਬੱਚਿਆਂ ਦੀ ਵੀ। ਤੇ ਫਿਰ ਉਹ ਸ਼ੁਰੂਆਤ ਕੀਤੀ ਅਸੀਂ ਇੱਥੇ, ਤੇ ਹੁਣ ਸਾਡੇ ਕੋਲ 2 ਹੀ ਟੀਚਰ ਨੇ, ਬੱਚੇ ਸਾਡੇ ਕੋਲ ਜ਼ਿਆਦਾ ਨੇ। ਆ ਕਲਾਸ ਰੂਮ ਆ ਬੱਚਿਆਂ ਦਾ, ਤੁਸੀਂ ਦੇਖੋ ਇਹ ਛੋਟੇ ਬੱਚਿਆਂ ਦਾ, ਮੇਰੀ ਪਿਆਰੀ ਬੇਟੀ ਆ ਧੀਏ ਕੋਲ ਬੈਠ, ਤੈਨੂੰ ਬਹੁਤ ਪਿਆਰ ਕਰਾਂ, ਰੱਬ ਨੇ ਜੋ ਦਿੱਤਾ ਤੋਹਫ਼ਾ ਉਸਦਾ ਸਤਿਕਾਰ ਕਰਾਂ, ਤੇਰੇ ਮੱਥੇ 'ਤੇ ਪੜ੍ਹਾਈ ਵਾਲਾ ਟਿੱਕਾ ਕਰਾਂ, ਟਿੱਕਾ ਤਿਆਰ ਕਰਾਂ, ਦਿਲ ਕਰਦਾ ਮੈਂ ਤੇਰੇ ਤੋਂ ਆਪਣਾ ਬਲਿਹਾਰ ਕਰਾਂ। ਇਹ 17 ਜਿਹੜੀਆਂ ਤੁਸੀਂ ਲਿਖੀਆਂ ਦੇਖਦੇ ਹੋ, ਇਹ ਸਾਰੀਆਂ ਸਾਡੇ ਵੀਰ ਆ, ਦੀਪ ਆਰਟ ਵਾਲਾ ਵੀਰ, ਉਹਨੇ ਇਹ ਬਣਾਇਆ ਵਾ ਸਾਰਾ ਕੁਛ। ਤੁਸੀਂ ਦੇਖੋ ਆ ਵੀਰੇ ਦਾ ਨਾਮ ਵੀ ਲਿਖਿਆ ਹੋਇਆ, ਕਿੰਨੀਆਂ ਸੋਹਣੀਆਂ ਤਸਵੀਰਾਂ, ਕਿੰਨਾ ਸੋਹਣਾ ਸਾਰਾ ਕੁਛ ਬਾਈ ਨੇ ਤਿਆਰ ਕੀਤਾ ਵਾ। ਤੇ ਮੀਂਹ ਗਗਨ ਦੇ ਪਿੰਡ ਵਿੱਚ ਪੈ ਗਿਆ ਸੋਕਾ, ਸਭ ਨੇ ਦਿੱਤਾ ਮਿਲ ਕੇ ਹੋਕਾ, ਰੱਬਾ ਰੱਬਾ ਮੀਂਹ ਬਰਸਾ, ਸਾਡੀ ਕੋਠੀ ਦਾਣੇ ਪਾ, ਮੀਂਹ ਆ ਗਿਆ ਜ਼ੋਰੋ ਜ਼ੋਰ, ਸਭ ਪਾਸੇ ਹੋ ਗਏ ਗਿਆ ਸ਼ੋਰ, ਹਰ ਜਗ੍ਹਾ ਹਰਿਆਲੀ ਹੈ, ਗਗਨ ਦੇ ਪਿੰਡ ਖੁਸ਼ਹਾਲੀ ਹੈ। ਇੱਧਰ ਇਸ ਅੱਡੇ ਸੁਪਨਿਆਂ ਦੇ ਘਰ ਦਾ ਇੱਕ ਛੋਟਾ ਜਿਹਾ ਸੁਪਨਾ
ਵੀ ਇਹ ਸਕੂਲ ਆ ਨਾ ਜਿਹੜਾ ਏਡਾ ਵੱਡਾ ਬਣਾਉਣਾ ਵੀ ਇੱਥੇ 400-500 ਬੱਚੇ ਦੀ ਪੜ੍ਹਾਈ ਹੋ ਸਕੇ, ਇੱਥੇ ਨਾਲ ਹੋਸਟਲ ਵੀ ਬਣ ਜਾਵੇ, ਹੋਸਟਲ ਦੇ ਵਿੱਚ ਉਹ ਬੱਚਿਆਂ ਨੂੰ ਰੱਖਿਆ ਵੀ ਜਾਵੇ ਜਿਹੜੇ ਬੱਚੇ ਘਰਾਂ ਦੇ ਵਿੱਚ ਉਹਨਾਂ ਦੀ ਕੇਅਰ ਨਹੀਂ ਹੁੰਦੀ ਸਹੀ ਤਰੀਕੇ ਨਾਲ, ਤੇ ਉਹਨਾਂ ਬੱਚਿਆਂ ਨੂੰ ਸਾਡੀ ਕੋਸ਼ਿਸ਼ ਆ ਵੀ ਇੱਥੇ ਭਰਤੀ ਕਰਿਆ ਜਾਵੇ, ਭਰਤੀ ਕਰਕੇ ਉਹਨਾਂ ਦਾ ਇੱਥੇ ਟ੍ਰੀਟਮੈਂਟ ਕੀਤਾ ਜਾਵੇ। ਇਹ 3 ਕਮਰੇ ਬਣਾਏ ਸੀ ਅਸੀਂ ਕਲਾਸਰੂਮ ਦੇ, ਤੇ ਹੁਣ ਇਹਨਾਂ 3 ਕਮਰਿਆਂ ਦੇ ਵਿੱਚ ਕਲਾਸਾਂ ਲੱਗਦੀਆਂ, ਇੱਕ 'ਚ ਸਪੀਚ ਥੈਰੇਪੀ ਹੁੰਦੀ ਆ, ਇੱਕ 'ਚ ਐਕਟੀਵਿਟੀ ਕਲਾਸ ਨੇ, ਇੱਕ ਫਿਜੀਓਥੈਰੇਪੀ ਬੱਚਿਆਂ ਨੂੰ ਸਿਖਾਇਆ ਨਾ। ਟੀਚਰ ਸਾਡੇ ਕੋਲ 2 ਹੀ ਆ, ਜੇ ਕੋਈ ਸਾਡੀ ਭੈਣ ਜਾਂ ਕੋਈ ਵੀਰ ਜਿਹੜਾ ਸਪੈਸ਼ਲ ਬੱਚਿਆਂ ਨੂੰ ਸਪੈਸ਼ਲ ਚਾਈਲਡ ਦਾ ਟੀਚਰ ਆ ਉਹ ਸਾਡੀ ਵੀਡੀਓ ਦੇਖਦਾ ਵਾ ਤਾਂ ਸਾਡੇ ਨਾਲ ਸੰਪਰਕ ਕਰਿਓ, ਸਾਨੂੰ ਟੀਚਰਾਂ ਦੀ ਲੋੜ ਆ, ਅਸੀਂ ਜਿਹੜੀ ਤਨਖਾਹ ਬਣਦੀ ਉਹ ਦੇਵਾਂਗੇ, ਜਿਹੜੀ ਚੱਲਦੀ ਤਨਖਾਹ ਵਾ ਉਹਨੇ ਦਿੱਤੀ ਜਾਊਗੀ ਤਨਖਾਹ, ਤੇ ਬਸ ਤੁਹਾਡੇ ਸਾਥ ਦੀ ਲੋੜ ਆ, ਕਿਉਂਕਿ ਬਹੁਤ ਬੱਚੇ ਨੇ ਜਿਹੜੇ ਘਰਾਂ 'ਚ ਪਏ ਨੇ ਜਿਨ੍ਹਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ ਆ, ਤੁਹਾਡੀ ਜਿਹੜੀ ਅਲੱਗ ਤਰ੍ਹਾਂ ਦੀ ਇੱਕ ਪੜ੍ਹਾਈ ਕੀਤੀ ਹੋਈ ਹੈ ਬੱਚਿਆਂ ਨੂੰ ਸੰਭਾਲਣ ਦੀ, ਸਮਝਾਉਣ ਦੀ, ਪੜ੍ਹਾਉਣ ਦੀ, ਉਹ ਇੱਥੇ ਕੰਮ ਆ ਸਕਦੀ ਆ। ਪੁੰਨ ਤੇ ਫਲੀਆਂ, ਕਮਰਸ਼ੀਅਲ ਸਕੂਲ ਬਹੁਤ ਬਣੇ ਨੇ, 5-5 ਹਜ਼ਾਰ ਰੁਪਇਆ ਮਹੀਨੇ ਦਾ ਲੈਂਦੇ ਨੇ ਬੱਚਿਆਂ ਦੇ ਮਾਂ ਬਾਪ ਤੋਂ, ਪਰ ਉੱਥੇ ਕਿਤੇ ਨਾ ਕਿਤੇ ਮਾਂ ਬਾਪ ਇਸ ਕਾਬਲ ਨਹੀਂ ਜਾਂ ਤਾਂ ਇੰਨਾ ਖਰਚਾ ਨਹੀਂ ਕਰ ਪਾਉਂਦੇ, ਤੇ ਫਿਰ ਸਾਡੀ ਕੋਸ਼ਿਸ਼ ਆ ਵੀ ਇੱਥੇ ਫ੍ਰੀ ਆਫ ਕੋਸਟ ਹੋਵੇਗਾ। ਬਸ ਇੰਨੀਆਂ ਕੁ ਬੇਨਤੀਆਂ ਜੀ। ਅੱਜ ਦਾ ਇਹ ਦਿਨ, ਤਰੀਕ ਅੱਜ ਕਿੰਨੀ ਹੋ ਗਈ, 27 ਸਪਟੰਬਰ 2024, ਤੇ ਦਿਨ ਵੀਰਵਾਰ।